मेनू कुछ नहीं चाहिदा सी, काम करके किसी दे भांडे मांज के रोटी खा लांगे, मेनू मेरा बच्चा जिंदा चाहिदा, मेनू भजनो जिंदा दे बच्चा देवे मेरा, मेरा एक ही बच्चा दी मैं दे दे सर ते उंडी फिरदी सी, भांडे मांज के रोटी खा लूंगी, ओनू भी खवा दूंगी, पर मेनू मेरा जिंदा बच्चा चाहिदा। पुत्तर दी लाश कोल वैन पौंदी मां दियां एह तस्वीरां अमरगढ़ दे पिंड बागड़ियां दियां ने, जिथों दा एक नौजवान नशे दी ओवरडोज कारण मौत दे मुंह विच जा पिया। मृतक दी पहचान दिलप्रीत सिंह दे नाम नाल होई ए, जो कि मापियां दा इक लौता पुत्तर सी। मिली जानकारी मुताबक मृतक नौजवान चिट्टा लाउंदा आदि दस्या जा रहा, जिस दी आदत नूं सुधारन लई दवाई भी शुरू कीती होई सी, पर अचानक उसने फिर तों चिट्टे दा टीका लगा लिया, जिसकी ओवरडोज नाल उसकी मौके ती मौत हो गई। जवान पुत्र दी लाश कोल बैठी दुहाइयां दिंदी मां की कह रही है, सुनो जरा। किवें वापरी घटना, की होया सीगा? टीका लाया जी इहने। अच्छा, कदी इक गल इह कदों करी हैगी आ, कदों लाया? 3 बजे लाया। अच्छा, पहला भी इह करदे सीगे? पहला लाउंदा ती छड्ड गया। कपड़े दी दुकान आई। अच्छा जी, ब्याह ना जी? ब्याह। किन्नी उम्र है माता जी दी? 28 साल। ਕੀ ਨਾਮ ਸੀਗਾ ਜੀ? ਦਿਲਪ੍ਰੀਤ। ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਜੀ? ਮੈਨੂੰ ਮੇਰਾ ਬੱਚਾ ਜਿੰਦਾ ਚਾਹੀਦਾ, ਮੈਨੂੰ ਕੁਛ ਨਹੀਂ ਚਾਹੀਦਾ ਸੀ, ਕੰਮ ਕਰਕੇ ਕਿਸੇ ਦੇ ਭਾਂਡੇ ਮਾਂਜ ਕੇ ਰੋਟੀ ਖਾ ਲਾਂਗੇ, ਮੈਨੂੰ ਮੇਰਾ ਬੱਚਾ ਜਿੰਦਾ ਚਾਹੀਦਾ, ਮੈਨੂੰ ਭਜਨੋ ਜਿੰਦਾ ਦੇ ਬੱਚਾ ਦੇਵੇ ਮੇਰਾ, ਮੇਰਾ ਇੱਕ ਹੀ ਬੱਚਾ ਦੀ ਮੈਂ ਤਾਂ ਇਹਦੇ ਸਿਰ ਤੇ ਉੱਡੀ ਫਿਰਦੀ ਸੀ, ਮੈਨੂੰ ਜਿੰਦਾ ਬੱਚਾ ਚਾਹੀਦਾ ਮੇਰਾ, ਮੈਨੂੰ ਕੁਛ ਨਹੀਂ ਸਰਕਾਰ ਕੋਲੋਂ ਚਾਹੀਦਾ, ਕੁਛ ਨਹੀਂ ਚਾਹੀਦਾ ਮੈਨੂੰ ਸਰਕਾਰ ਕੋਲੋਂ, ਮੈਨੂੰ ਮੇਰਾ ਬੱਚਾ ਚਾਹੀਦਾ, ਮੈਂ ਤਾਂ ਕਿਸੇ ਦੇ ਭਾਂਡੇ ਮਾਂਜ ਕੇ ਰੋਟੀ ਖਾ ਲੂੰਗੀ, ਇਹਨੂੰ ਵੀ ਖਵਾ ਦੂੰਗੀ, ਪਰ ਮੈਨੂੰ ਮੇਰਾ ਜਿੰਦਾ ਬੱਚਾ ਚਾਹੀਦਾ, ਮੈਨੂੰ ਕੁਛ ਨਹੀਂ ਚਾਹੀਦਾ। ਜਿਹੜੀ ਨੌਜਵਾਨ ਦੀ ਮੌਤ ਹੋਈ ਹੈ ਜੀ, ਇਹ ਚਿੱਟੇ ਦੇ ਓਵਰਡੋਜ ਦੇ ਕਾਰਨ ਹੋਈ ਹੈ ਜੀ। ਸੰਪਰਕ ਕੀਤਾ ਜੀ, ਪਰ ਇਹ ਨਸ਼ਾ ਬੰਦ ਨਹੀਂ ਹੋਇਆ। ਪੁਲਿਸ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਵੀ ਜਿਹੜਾ ਪੁਲਿਸ ਦੇ ਫੋਕੇ ਦਾਅਵੇ ਨੇ ਜੀ, ਆਉਂਦੀਆਂ ਨੇ ਝੂਠੇ ਦਾਅਵੇ ਕਰਕੇ ਗੇੜਾ ਮਾਰ ਕੇ ਮੁੜ ਜਾਂਦੀਆਂ ਨੇ ਗੀਆਂ, ਸਭ ਓਕਣੀ ਵਿਕਦਾ ਹੈਗਾ, ਸਰੇਆਮ ਵਿਕਦਾ ਹੈਗਾ। ਕਿਉਂਕਿ ਤੁਹਾਡੇ ਪਿੰਡ ਵੱਲੋਂ ਕਾਫੀ ਚੌਂਕੀ ਦੀ ਮੰਗ ਕੀਤੀ ਗਈ ਸੀ ਜਾਂ ਚੌਂਕੀ ਕੀ ਜੀ, ਮੈਂ 3 ਮਹੀਨੇ 2 ਮਹੀਨੇ ਪੁਲਿਸ ਬਿਠਾ ਕੇ ਰੱਖੀ ਹੈ, ਇੱਥੇ ਨਾਕਾ ਲਵਾ ਕੇ ਰੱਖਿਆ ਗਾ, ਇਹਦੇ ਬਾਵਜੂਦ ਵੀ ਗੱਲ ਸੁਣ ਉਨਾ ਚਿਰ ਬੰਦ ਰਿਹਾ, ਉਦੋਂ ਬਾਅਦ ਜਦੋਂ ਮੁਲਾਜ਼ਮ ਹਟਾ ਲਏ, ਜ਼ਿਲ੍ਹਾ ਬਦਲ ਗਿਆ ਜੀ, ਫਿਰ ਉਦੋਂ ਬਾਅਦ ਫਿਰ ਉਹਨਾਂ ਹੀ ਸ਼ੁਰੂ ਆ। ਕੀ ਕਾਰਨ ਸਮਝਦੇ ਹੋਣ ਦੇ ਬਾਅਦ? ਇਹ ਜਿੰਨਾ ਚਿਰ ਸਰਕਾਰਾਂ ਇਹਦਾ ਤੰਦ ਨਹੀਂ ਕੱਸਦੇ ਜੀ, ਉਹਨਾਂ ਚਿਰ ਨਹੀਂ ਇਹ ਬੰਦ ਹੁੰਦਾ। ਇਹਦਾ ਕਾਰਨ ਕੀ ਹੈ, ਕਿਉਂ ਨਹੀਂ ਹੋ ਰਿਹਾ ਬੰਦ ਜੀ? ਮਤਲਬ ਬੰਦ ਜਦੋਂ ਆਪਣੇ ਮੁਲਾਜ਼ਮ ਨੇ, ਜਿਹੜੇ ਗੱਲ ਸੁਣੋ ਪੁਲਿਸ ਉਦੋਂ ਪਹਿਲਾਂ ਰੇਡ ਮਾਰਨ ਤੋਂ ਪਹਿਲਾਂ ਫੋਨ ਕਰ ਦਿੰਦੀ ਆ, ਕਹਿੰਦਾ ਵੀ ਸਰੇਆਮ ਪ੍ਰਸ਼ਾਸਨ ਦੀ ਨਲਾਇਕੀ ਆ ਇਹ, ਹਾਲੇ 5 ਦਿਨ ਹੋਏ ਨੇ, ਮੈਂ DSP ਸਾਹਿਬ ਨੂੰ ਮਿਲ ਕੇ ਆਇਆ, SSP ਸਾਹਿਬ ਨੂੰ ਵੀ ਦੱਸਿਆ, ਸਾਰਿਆਂ ਦੀ ਨੌਲੇਜ ਲਿਆ ਚੁੱਕਿਆ ਜੀ। ਮੈਂ ਤਾਂ ਚੰਨੀ ਸਾਹਿਬ ਨੂੰ ਬੇਨਤੀ ਕਰਦਾ ਵੀ ਸਾਡੇ ਪਿੰਡ ਇੱਕ ਦਿਨ ਦੌਰਾ ਰੱਖ ਕੇ ਆਪ ਆ ਕੇ ਦੇਖਣ ਚੰਗੀ ਤਰ੍ਹਾਂ, ਵੀ ਪਤਾ ਲੱਗ ਜੂ ਵੀ ਕਿੰਨਾ ਕੁ ਵਿਕਦਾ। ਇਸ ਡੈਥ ਬਾਰੇ ਪੁਲਿਸ ਨੂੰ ਦੱਸਿਆ ਤੁਸੀਂ? ਮੈਂ ਆਪ ਖੁਦ SHO ਨੂੰ ਵੀ ਦੱਸਿਆ ਜੀ, ਡਿਪਟੀ ਸਾਹਿਬ ਨੂੰ ਵੀ ਦੱਸਿਆ, SSP ਸਾਹਿਬ ਨੂੰ ਦੱਸਿਆ। ਅਜੇ ਤੱਕ ਕੋਈ ਪਹੁੰਚਿਆ? ਕੋਈ ਹਾਲੇ ਤੱਕ ਨਹੀਂ ਪਹੁੰਚਿਆ।
ਤੁਹਾਡਾ ਕੀ ਮੰਨਣਾ, ਕਿਸ ਤਰ੍ਹਾਂ ਨਸ਼ੇ ਦਾ ਖਾਤਮਾ ਇੱਥੋਂ ਕੀਤਾ? ਨਸ਼ੇ ਦਾ ਖਾਤਮਾ ਜਿੰਨਾ ਚਿਰ ਚੈਨ ਨਹੀਂ ਬਣਦੀ ਜੀ, ਵੀ ਉਹ ਕੀ ਤੋਂ ਲੈ ਕੇ ਆਉਂਦਾ ਹੈਗਾ, ਉਹ ਗਾਹਾਂ ਉਹਨੂੰ ਸਪਲਾਈ ਕੌਣ ਕਰਦਾ, ਉਹਨਾਂ ਚਿਰ ਇਹ ਨਸ਼ਾ ਬੰਦ ਨਹੀਂ ਹੋ ਸਕਦਾ। ਕਿਉਂਕਿ ਪੁਲਿਸ ਵੱਲੋਂ ਅਕਸਰ ਪਰਚੇ ਦਿੱਤੇ ਜਾਂਦੇ ਨੇ 2 ਗ੍ਰਾਮ ਪਰਚੇ ਕੀ, ਜੇ 10 ਗ੍ਰਾਮ ਫੜਿਆ ਜਾਂਦਾ 2 ਗ੍ਰਾਮ ਦਾ ਪਰਚਾ ਦਿੱਤਾ, 8 ਗ੍ਰਾਮ ਵਿੱਚ ਖੁਰਦ ਬੁਰਦ ਹੋ ਜਾਂਦਾ ਹੈਗਾ। ਕਿਰਨਵੀਰ ਸਿੰਘ ਮਾਂਗਟ। ਤੁਸੀਂ ਜਦੋਂ ਉਹਨਾਂ ਦੀ ਡੈਥ ਹੋਈ ਕਿੱਥੇ ਸੀਗੇ? ਮੈਂ ਲੁਧਿਆਣੇ ਸੀਗਾ। ਅੱਛਾ ਜੀ, ਕੀ ਕਾਰਨ ਨਾਲ ਹੋਈ ਇਹ ਡੈਥ? ਇਹ ਬਿਮਾਰ ਸੀਗਾ ਪਹਿਲਾਂ, ਢਿੱਲਾ ਢੁੱਲਾ ਸੀਗਾ, ਜ਼ਿਆਦਾ ਅਟੈਕ ਹੋ ਗਿਆ, ਮੈਂ ਤਾਂ ਆਪ ਨੂੰ ਨਹੀਂ ਪਤਾ। ਤੁਹਾਡੀ ਮਿਸਜ ਆ ਨਾ ਜਿਹੜੀ, ਉਹਨਾਂ ਦਾ ਇਹ ਕਹਿਣਾ ਕਿ ਇਹ ਚਿੱਟੇ ਦੀ ਓਵਰਡੋਜ਼ ਨਾਲ ਮਰਿਆ ਔਰ ਉੱਥੇ ਸਿਰਿੰਜ ਪਈ ਆ, ਮੈਂ ਪਿੰਡ ਦੇ ਲੋਕਾਂ ਨੇ ਵੀ ਦਿਖਾਈ ਹੈ ਇਹ ਗੱਲ। ਮੈਂ ਦੱਸ ਦਿਆ, ਇਹ ਅਸਲ 'ਚ ਨਾ ਇਹ ਪਿੰਡ ਬਦਨਾਮ ਜ਼ਿਆਦੇ ਆ ਚਿੱਟੇ ਕਰਕੇ। ਇਹ ਬੇਟਾ ਮੇਰਾ ਕਿਸੇ ਅੱਜ ਤੋਂ ਸਾਲ ਪਹਿਲਾਂ ਕਿਤੇ ਮਾੜਾ ਮੋਟਾ ਕਰਨ ਲੱਗ ਗਿਆ ਸੀ, ਉਹਦਾ ਮੈਂ ਇਲਾਜ ਕਰਾਇਆ, ਮੈਂ ਉਹਨੂੰ 1 ਮਹੀਨਾ ਰੱਖ ਕੇ ਬਿਲਕੁਲ ਠੀਕ ਠਾਕ ਸੀਗਾ। ਹੁਣ ਤਾਂ ਇਹੋ ਜਿਹਾ ਕੋਈ ਮਕਸਦ ਨਹੀਂ, ਉਹ ਭਾਵਕ ਹੋਈ ਜਦੋਂ ਕਿਸੇ ਦਾ ਜਵਾਨ ਪੁੱਤ ਮਰ ਜਾਵੇ, ਉਹ ਕੀ ਕਹਿਤਾ ਉਹਨੇ ਮੈਨੂੰ ਤਾਂ ਆਪ ਨੂੰ ਨਹੀਂ ਸਮਝ। ਇਹ ਪਿੰਡ ਦੇ ਲੋਕਾਂ ਨੇ ਵੀ ਉੱਥੇ ਨਾ ਜੀ ਸਰਿੰਜਾ ਜਿਹੜੀ ਉਹ ਕੁਝ ਚਸ਼ਮ ਦੀ ਤੈਸੇ ਸੀ ਜਿਨ੍ਹਾਂ ਨੇ ਸਰਿੰਜ ਉਹਦੇ ਬਾਂਹ ਦੇ ਵਿੱਚ ਲੱਗੀ ਹੋਈ ਕੱਢੀ ਆ। ਮੈਨੂੰ ਇਹਦੇ ਬਾਰੇ ਨਹੀਂ, ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਐਵੇਂ ਕਹਾਂ ਮੈਨੂੰ ਨਾ ਪਤਾ। ਮੈਂ ਤਾਂ ਜਦੋਂ ਆ ਕੇ ਦੇਖਿਆ ਤਾਂ ਬੇਟਾ ਮੇਰਾ ਡੈਡੀ ਸੀ। ਇਸ ਮਾਮਲੇ ਸਬੰਧੀ ਜਦੋਂ ਮੌਕੇ ਤੇ ਪਹੁੰਚੇ ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ ਤੋਂ ਜਾਣਨਾ ਚਾਹਿਆ ਤਾਂ ਉਹਨਾਂ ਨੇ ਕੀ ਦੱਸਿਆ ਸੁਣੋ। ਸਰ, ਜੋ ਇੱਥੇ ਬਾਗੜੀਆਂ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ, ਕਿਸ ਤਰ੍ਹਾਂ? ਇਹਦੇ ਸੰਬੰਧੀ ਸਾਨੂੰ ਪਤਾ ਲੱਗਾ ਸੀ ਵੀ ਦਿਲਪ੍ਰੀਤ ਸਿੰਘ ਪੁੱਤਰ ਕਿਰਨਵੀਰ ਸਿੰਘ ਵਾਸੀ ਬਾਗੜੀਆਂ ਦੀ ਮੌਤ ਹੋਈ ਹੈ, ਜਿਹਦੇ ਬਾਰੇ ਅਸੀਂ ਮੌਕੇ 'ਤੇ ਪੁੱਜੇ ਹਾਂ। ਅਤੇ ਦਿਲਪ੍ਰੀਤ ਸਿੰਘ ਦਾ ਪਿਤਾ ਕਿਰਨਵੀਰ ਸਿੰਘ ਮਿਲਿਆ, ਜਿਹਨੇ ਸਾਡੇ ਕੋਲ ਆਪਣਾ ਬਿਆਨ ਲਿਖਾਇਆ ਵੀ ਮੇਰਾ ਲੜਕਾ ਜਿਹੜਾ ਕਰੀਬ 1 ਮਹੀਨੇ ਤੋਂ ਬਿਮਾਰ ਸੀ, ਵੀ ਜਿਹਦੀ ਉਹਦੀ ਇਹ ਬਿਮਾਰੀ ਕਾਰਨ ਡੈਥ ਹੋਈ ਹੈ, ਵੀ ਉਹਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਸ਼ੁਬਾ ਨਹੀਂ, ਕਿਸੇ ਖਿਲਾਫ਼ ਉਹ ਕਿਸੇ ਕਿਸਮ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ। ਸਰ, ਇੱਕ ਨਾ ਪਿੰਡ ਦੇ ਕੋਈ ਲੋਕਾਂ ਦਾ ਔਰ ਲੜਕੇ ਦੀ ਮਾਤਾ ਦਾ ਕਹਿਣਾ, ਉਹਨਾਂ ਨੇ ਉੱਥੇ ਸਰਿੰਜ ਵੀ ਦਿਖਾਈ ਆ ਮੀਡੀਆ ਨੂੰ, ਕਿ ਉਹ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਲੜਕੇ ਦੀ ਮਾਤਾ ਵੀ ਸਾਨੂੰ ਬਿਆਨ ਲਿਖਾਇਆ, ਉਹਦੇ ਫਾਦਰ ਨੇ ਵੀ ਲਿਖਾਇਆ, ਉਹ ਤੁਸੀਂ ਪੜ੍ਹ ਸਕਦੇ ਜੇ, ਦੇਖ ਸਕਦੇ ਜੇ, ਉਹ ਕਹਿੰਦੇ ਇਹੋ ਜਿਹੀ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਸੀਗੀ ਵੀ ਸਾਡਾ ਲੜਕਾ ਜਿਹੜਾ ਬਿਮਾਰੀ ਕਾਰਨ ਡੈਥ ਹੋਈ ਹੈ। ਕੀ ਕਾਰਵਾਈ ਸਰ ਹੁਣ ਕੀਤੀ ਹੈ? ਕਾਰਵਾਈ ਜਦੋਂ ਕਰਵਾਉਣੀ ਕੁਛ ਨਹੀਂ ਚਾਹੁੰਦੇ, ਨਾ ਮਤਲਬ ਕੋਈ ਇਹੋ ਜਿਹੀ ਕੋਈ ਘਟਨਾ ਘਟੀ ਹੈ, ਨਾ ਉਹਨਾਂ ਨੂੰ ਕੋਈ ਸ਼ੱਕ ਸ਼ੁਬਾ, ਫਿਰ ਕਾਰਵਾਈ ਕੀ ਹੋਣੀ? ਦੱਸਣਯੋਗ ਹੈ ਕਿ ਚਿੱਟੇ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਇਹ ਪਿੰਡ ਦੇ ਵਾਸੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕਰ ਰਹੇ ਨੇ ਕਿ ਖੁਦ ਆ ਕੇ ਪਿੰਡ ਦੇ ਹਾਲਾਤਾਂ ਨੂੰ ਦੇਖਣ ਅਤੇ ਸਾਡੇ ਪੁੱਤਾਂ ਨੂੰ ਮੌਤ ਦੇ ਮੂੰਹ 'ਚ ਜਾਣ ਤੋਂ ਬਚਾਉਣ ਦੇ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣ, ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਇਸ ਕੋਹੜ ਤੋਂ ਬਚ ਸਕਣ। ਦੂਜੇ ਪਾਸੇ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਅਨੇਕਾਂ ਉਪਰਾਲੇ ਕੀਤੇ ਗਏ ਨੇ, ਪਰ ਅਜੇ ਤੱਕ ਨਾ ਤਾਂ ਪੰਜਾਬ ਅੰਦਰੋਂ ਨਸ਼ਾ ਪੂਰੀ ਤਰ੍ਹਾਂ ਖਤਮ ਹੋਇਆ ਤੇ ਨਾ ਹੀ ਪੰਜਾਬ ਦੇ ਗੱਭਰੂ ਇਸ ਦੀ ਭੇਂਟ ਚੜ੍ਹਨ ਤੋਂ ਬਚ ਰਹੇ ਨੇ। ਅਮਰਗੜ੍ਹ ਤੋਂ ਜਮੀਰ ਖੇੜੀ ਵਾਲੇ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਆਖਰੀ ਮੌਕਾ ਉਹ ਸਟੂਡੈਂਟਸ ਵਾਸਤੇ ਜਿਨ੍ਹਾਂ ਦੀ ਐਪਲੀਕੇਸ਼ਨ ਕੈਨੇਡਾ ਲਈ ਪਹਿਲੇ ਰਿਜੈਕਟ ਹੋ ਚੁੱਕੀ ਹੈ, ਕੋਰਸ ਪ੍ਰੋਗਰੈਸ਼ਨ ਨਹੀਂ ਸੀ ਜਾਂ ਕੋਰਸ ਰੈਲੇਵੈਂਸੀ ਨਾ ਹੋਣ ਕਰਕੇ ਰਿਜੈਕਟ ਹੋ ਚੁੱਕੀ ਹੈ। ਫੋਨ ਚੱਕੋ, ਕਾਲ ਕਰੋ 90 419 90 419। ਹੁਣ ਇਹ ਆਖਰੀ ਮੌਕਾ ਗਵਾ ਨਾ ਲੈਣਾ।